लास्ट दिन ये कहें तुम्हें 5000 रुपये दे देंगे कि अपने बालियां दे दो। मैं दें नहीं सी, इन्होंने कहा था तू चल मैं इन्ना गहने दते तू भी दे दे। ये दो तीन दिन पैसे लेन दिया नहीं, मैं कोई पैसा नहीं दिता। उस तो बाद लास्ट दिन मैं दोनों दिन जोड़े ला के देते। चल असी पुराने भांडे दे दे, दूए दिन सानू भांडे ना मिले तो तीए दिन फिर दूए दिन फिर आ गई, फिर असी थोड़े जे भांडे देते, फिर सानू भांडे वापस कर गई। एक बार गहने लै गई, मुड़ के वापस भी दे गई, उन्होंने प्रॉफिट भी देता, वह एक विश्वास जहा बन गया वो। इस तरीके कई परिवार इस तरीके करके पता लगा कि काफ़ी गहने ठग के लै गई है। ਸਾਡੇ ਘਰ ਚੋਂ 1.5-2 ਲੱਖ ਦਾ ਸਮਾਨ ਲੈ ਗਏ। ਮੈਂ ਇਹਨਾਂ ਨੂੰ ਕਿਹਾ ਸੀ ਜੀ, ਜਿੱਦਣੋਂ ਪਹਿਲੇ ਦਿਨ ਆਏ ਸੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਇਹ ਜਨਾਨੀ ਇੱਦਾਂ ਦੀ ਇਹਨੂੰ ਨਾ ਬਿਠਾਇਆ ਕਰੋ ਤੁਸੀਂ, ਇਹ ਮੈਨੂੰ ਕਹਿੰਦੀ ਆ ਭਰੋਸਾ ਕਰਨਾ ਚਾਹੀਦਾ ਕਿਸੇ 'ਤੇ ਕਿ ਤੂੰ ਇੱਦਾਂ ਨਾ ਕਰਿਆ ਕਰ। ਪਹਿਲਾਂ ਤਾਂ ਸਾਡੇ ਕੋਲੋਂ ਲੈ ਗਈ ਝਾਂਜਰਾਂ ਜੀ, ਭਾਂਡੇ ਦੇ ਗਈ ਸਾਨੂੰ, ਬਾਅਦ 'ਚ ਆਈ ਫਿਰ ਭਾਂਡੇ ਦੇ ਗਈ ਸਾਨੂੰ, ਝਾਂਜਰਾਂ ਵੀ ਦੇ ਗਈ, ਬਾਅਦ 'ਚ ਸੋਨੇ ਦੀਆਂ ਲੈ ਗਈ ਸਾਡੇ। ਅਤੇ ਉੱਥੇ ਜਿਹੜੀ ਸਹੀ ਗੱਲ ਇਹ ਹੋਈ ਹੈ ਕਿ ਕਿਸੇ ਨੇ ਉਹਨਾਂ ਦੀਆਂ ਫੋਟੋਆਂ ਖਿੱਚ ਲਈਆਂ ਸੀਗੀਆਂ, ਉਹ ਫੋਟੋਆਂ ਸਾਨੂੰ ਉਹਨਾਂ ਨੇ ਪ੍ਰੋਵਾਈਡ ਕੀਤੀਆਂ, ਅਸੀਂ ਉਹਦੇ ਆਧਾਰ 'ਤੇ ਕੰਪਲੇਂਟ ਦਰਜ ਕਰ ਲਈ ਹੈ। ਮੇਰਾ ਅੱਧੀ ਤੋਲਾ ਕਸੋਨਾ ਬਾਲੀ, ਹਾਂਜੀ। ਪਹਿਲਾਂ ਤੁਹਾਨੂੰ ਕੋਈ ਦੇ ਕੇ ਵੀ ਗਏ? ਨਹੀਂ, ਮੈਨੂੰ ਕੁਛ ਨਹੀਂ ਦੇ ਕੇ, ਉਹ ਦੀਦੀ ਕੇ ਦੇ ਕੇ ਗਿਆ ਪੈਸੇ, ਮੇਰੇ ਕੋਲ ਕੁਛ ਨਹੀਂ। ਮੈਂ ਲਾਸਟ ਵਾਰ ਮੈਂ ਦੀਆ ਉਹ ਸੋਨਾ। ਨਹੀਂ, ਸਾਡਾ ਸੋਨਾ ਨਹੀਂ ਹੈ ਜੀ, ਕੱਪੜੇ ਨੇ 5-7 ਸੂਟ ਨੇ, ਮਹਿੰਗੇ ਮਹਿੰਗੇ ਸਾਡੇ। ਹਾਂ, ਉਹ ਸੂਟ ਲੈ ਗਈ ਵੀ ਛਾਪਾ ਛਾਪਣਾ ਹੈ, ਛਾਪਾ ਛਾਪ ਕੇ ਅਸੀਂ ਤੁਹਾਨੂੰ ਵਾਪਸ 4 ਵਜੇ ਕਰ ਦਾਂਗੇ, ਸਾਨੂੰ ਕੰਪਨੀ ਵੱਲੋਂ ਨਾਮ ਮਿਲਦਾ। ਸੋਨਾ ਕਹਿੰਦੇ ਸਾਨੂੰ ਪੈਸੇ ਲਿਆ ਦਾਂਗੇ ਅਸੀਂ। ਕਿੰਨਾ ਲਾ ਕੇ? 4 ਵਜੇ ਲਿਆ ਦਾਂਗੇ। ਸਾਨੂੰ ਕਹਿੰਦੇ 10,000 ਰੁਪਇਆ ਲਿਆ ਦਾਂਗੇ। ਠੀਕ ਹੈ, ਹਾਂਜੀ। ਤੁਸੀਂ ਲਾਲਚ ਚਾ ਕੇ ਫਿਰ ਉਹਨਾਂ ਨੂੰ ਆਪਣਾ ਸਮਾਨ ਦੇ ਦਿੱਤਾ ਹੈ? ਹਾਂਜੀ। पुराने भांडे दे दो नवे लिया दांगे असीं। चल असीं पुराने भांडे दे दे, दूए दिन सानू भांडे नवे लिया ते तीए दिन फिर दूए दिन फिर आ गई, फिर असीं थोड़े जे भांडे देते, फिर सानू भांडे वापस कर गई, सानू 20-20 रुपये लै गई। ਕਹਿੰਦਾ ਸਾਨੂੰ 100 ਰੁਪਇਆ ਵੀ 100-200 ਰੁਪਇਆ ਭਾਂਡਿਆ ਮਗਰ ਬਣ ਜਾਂਦਾ ਹੈ। ਤੀਏ ਦਿਨ ਫਿਰ ਆ ਗਈ ਜੀ। ਚਲ ਅਸੀਂ ਸਾਰੇ ਜਿੰਨੇ ਬਰਤਨ ਸੀ, ਕੜਾਹੀ ਪਤੀਲੇ ਜਿੰਨਾ ਵੀ ਬਰਤਨ ਸੀ ਘਰ ਦੇ ਵਿੱਚ ਉਹ ਦੇਤਾ। ਇੱਕ ਚਾਂਦੀ ਦੀ ਪੈਲ ਸੀ, ਇੱਕ ਉਹ ਚੈਨ ਸੀ, ਇੱਕ 6 ਗੂੰਠੀ ਸੀ, ਉਹ ਲੈ ਗਈ ਵੀ ਸ਼ਾਮ ਨੂੰ 4 ਵਜੇ ਤੁਹਾਨੂੰ ਨਾਲੇ ਪੈਸੇ ਵੀ ਲਿਆ ਦੂੰਗੀ, ਨਾਲੇ ਇਹ ਵਾਪਸ ਕਰ ਦੂੰਗੀ। ਸੋਨਾ ਵੀ ਲੈ ਗਈ? ਨਹੀਂ, ਸਾਡਾ ਸੋਨਾ ਨਹੀਂ ਹੈ ਜੀ, ਕੱਪੜੇ ਨੇ 5-7 ਸੂਟ ਨੇ, ਮਹਿੰਗੇ ਮਹਿੰਗੇ ਸਾਡੇ। ਹਾਂ, ਉਹ ਸੂਟ ਲੈ ਗਈ ਵੀ ਛਾਪਾ ਛਾਪਣਾ ਹੈ, ਛਾਪਾ ਛਾਪ ਕੇ ਅਸੀਂ ਤੁਹਾਨੂੰ ਵਾਪਸ 4 ਵਜੇ ਕਰ ਦਾਂਗੇ, ਸਾਨੂੰ ਕੰਪਨੀ ਵੱਲੋਂ ਨਾਮ ਮਿਲਦਾ। ਰਾਣੀ ਜੀ, ਰਾਣੀ ਕੀ ਹੋਇਆ ਸੀਗਾ, ਜਿਹੜੀ ਜਨਾਨੀ ਘਰ ਆਉਂਦੀ ਸੀਗੀ ਕੀ? ਪਹਿਲਾਂ ਤਾਂ ਸਾਡੇ ਕੋਲੋਂ ਲੈ ਗਈ ਝਾਂਜਰਾਂ ਜੀ, ਭਾਂਡੇ ਦੇ ਗਈ ਸਾਨੂੰ, ਬਾਅਦ 'ਚ ਆਈ ਫਿਰ ਭਾਂਡੇ ਦੇ ਗਈ ਸਾਨੂੰ, ਝਾਂਜਰਾਂ ਵੀ ਦੇ ਗਈ, ਬਾਅਦ 'ਚ ਸੋਨੇ ਦੀਆਂ ਲੈ ਗਈ ਸਾਡੇ। ਸੋਨਾ ਕਹਿੰਦੇ ਸਾਨੂੰ ਪੈਸੇ ਲਿਆ ਦਾਂਗੇ। 4 ਵਜੇ ਸਾਨੂੰ ਕਹਿੰਦੇ 10,000 ਰੁਪਇਆ ਲਿਆ ਦਾਂਗੇ। ਹਾਂਜੀ। ਕਿੰਨੇ ਦਿਨ ਆਉਂਦੀ ਰਹੀ ਤੁਹਾਡੇ ਕੋਲ? ਸਾਡੇ ਕੋਲ ਹਫ਼ਤਾ ਆਉਂਦੀ ਰਹੀ। ਫਿਰ ਉਹਦੀ ਗੱਲਾਂ ਨੂੰ ਵੀ ਲੱਗਿਆ ਵੀ ਕਿਸੇ ਰਾਹੀਂ ਠੱਗੀ ਕਰ ਸਕਦੇ? ਨਹੀਂ ਜੀ, ਸਾਨੂੰ ਮੁੰਡੇ ਜੀ ਉਹਦੇ ਬੱਚਾ ਸੀਗਾ ਗੋਦੀ 'ਚ, ਉਹਦੀ ਕਸਮ ਖਾਂਦੇ ਰਹੀ। ਕੀ ਕਹਿੰਦੇ ਸੀ? ਵੀ ਕਹਿੰਦੇ ਅਸੀਂ ਤੁਹਾਨੂੰ 4 ਵਜੇ ਦੇ ਜਾਵਾਂਗੇ, ਸ਼ਾਮ ਨੂੰ ਸਵੇਰੇ ਲੈ ਕੇ ਗਏ, ਕਹਿੰਦੇ 4 ਵਜੇ ਦੇ ਜਾਵਾਂਗੇ। ਉਹਨਾਂ ਦੇ ਪਹਿਰਾਵੇ ਤੁਹਾਨੂੰ ਤੁਹਾਨੂੰ ਲੱਗਦਾ ਸੀਗਾ ਵੀ ਇੰਨੇ ਪੈਸੇ ਕਿਵੇਂ? ਨਹੀਂ ਜੀ, ਸਾਨੂੰ ਯਕੀਨ ਭਰੋਸਾ ਹੀ ਇੱਦਾਂ ਦਿੱਤਾ, ਕਹਿੰਦੇ ਸਾਨੂੰ ਕੰਪਨੀ ਚੱਲ ਰਹੀ, ਕੰਪਨੀ 'ਚੋਂ ਲਿਆ ਕੇ ਦੇਵਾਂਗੇ। ਛਾਪਾ ਲੈਣਾ ਹੁੰਦਾ ਕਿਰਨ ਗਹਿਣੇ ਦਿੱਤੇ ਤੂੰ ਵੀ ਦੇ ਦੇ। ਇਹ ਦੋ ਤਿੰਨ ਦਿਨ ਪੈਸੇ ਲੈਂਦੀਆਂ ਨੀ, ਮੈਂ ਕੋਈ ਪੈਸਾ ਨਹੀਂ ਦਿੱਤਾ।
उस तो बाद लास्ट वाले दिन मैं दोनों दिन जोड़े ला के देते। हाँ जी कुछ मेरे भांडे से मैंने देते। हाँ जी साढ़े घर चो 1.5-2 लाख का समान ले गए। मैं इन्हों कहा जी जिदनों पहले दिन आए थे मैं उन्होंने कहा कि यह जनानी इदा दी इन्हू ना बिठाया करो तुम ये मैं कहें भरोसा करना चाहिए किसी से कि तू इदा ना कर। 4-5 दिन मैं लवे नहीं लगी उन्होंने यही लग दया रही यही भांडे भूडे लेंदियाँ रही मैं नहीं लेंदी जी। लास्ट वाले दिन धक्के मैं कहें मैं इन्ने गहने दे तू भी दे दे मैं क्या चल इन्हू 2-3 बार पैसे दे गई मैं भी दे दी लालच नाल मजल 5,000 रुपये दे जाएंगे मैं भी दे दिया मैनू ये पता नहीं मैं इन्हू कहा थी मैं कहा लै गई हूँ वापस नहीं आती मैं भी गल गई जदों गई है उरे बैठी सी मैं कह लेके कहने जा रही हूँ उन्हें वापस नहीं आना ये कहती नहीं मैंने यकीन है मैं कहा चल यकीन दे दे मैं ला के दोनों दिन जोड़े देते। ठकी मेरा बालियाँ ले गया वो जनानी वो आती थी उसको ऐसी रोटी पानी सारे खिलाती थी तो फिर मेरा बोला कि तेरे को 5,000 रुपया ला दूँगी वो बालियाँ दे गई तो 4 बजे आऊँगी और इसका वो छापा होता है उत्थे जाके फिर यही बोल के मेरा ले गया दीदी सारा दिया फिर मैं भी दे दिया वो आई नहीं फिर मेरा 0.5 तोला का सोना बाली। हाँ जी पहले थानू कुछ देके भी गए नहीं मैंने कुछ नहीं देखे वो दीदी के देके गया पैसे मेरे को कुछ नहीं मैं लास्ट बार में दिया सोने मेरा भांडे भी है तामे भी है 500-600 का वो सारा कुछ है बस। आप दिहाड़ी करते हो घर वाला क्या काम? मेरा घर वाला कबाड़ दुकान के पास लग गया हम कहीं नहीं जाते हम बच्चे की देख रेख करते हैं। लालच में आ गए आपने दे दिया। हाँ जी हाँ जी कई बार की होंगे पिंड आम तौर पर भोले भाले लोगों वर्ग ला लेंदियां ने कई बार लेडीज़ का ग्रोह होंगे कई बार बंद भी होंगे। इतने परसों एक लेडी सरपंच साहब के नाल मेरे को आई सी ते उन्हें दसिया कि कोई औरत उन्होंने घर च सांझी बना के भी इस तरह सोने दे या गहनों नू चमका के या उन्होंने किसी लालच लिया के कि ये वध भाव मिल जाएंगे या होर अलग अलग तरीके उन्होंने गल्लां च उलझा लिया सी। उन्होंने एक बार गहने लै गई मुड़ के वापस भी दे गई उन्होंने प्रॉफिट भी देता वह एक विश्वास जहा बन गया वो तो इस तरीके कई परिवारों नाल इस तरीके करके पता लगा कि काफ़ी गहने ठग के लै गई है। तो उत्ते जड़ी सही गल ये हुई है कि किसी ने उन्होंने फोटो खिंच लिया सीगिया वो फोटो सानू उन्होंने प्रोवाइड कीतियाँ असी आधार पर कंप्लेंट दर्ज कर ली है तो असी इन्हों शनाख्त करन दी कोशिश कर रहे हैं कि जेडे इस तरीके दे कमां च इनवॉल्व ने असी CIA नू भी इनफॉर्म कर दिता है और नेड़े दे थाणियां च भी इनफॉर्म कर दिता तो असी छेती ही इन्हों तलाश कर लाँगे। हाँ उ ना ए, एक लेडी है नाल बच्चा भी उन्हें गोद चक्या होया तो इस तरीके देखने आया तो एक सांझ जी पैदा करके एक अपनत्व पैदा करके उस तो बाद ठगी मार दिया ने। तो इतने लोगों को गुजारिश है कि किसी भी व्यक्ति नाल इस तरीके विहार बनाने तो पहला चंगी तरह वो शिनाख्त करनी जरूरी होंगी है भी किसी दिया गल्लां च नहीं आना चाहिए यहोजे लोगों को बच के रहना चाहिए।